for all updated news. Please subscribe Ava News and ring the bell. ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਹਿੰਦੂ ਸੰਘਰਸ਼ ਸੈਨਾ ਦੇ ਰਾਸ਼ਟਰੀ ਪ੍ਰਧਾਨ ਉਪ ਸੈਕਟਰੀ ਅਤੇ ਚੇਅਰਮੈਨ ਦੀ ਅਗਵਾਈ ਵਿੱਚ ਅੰਮ੍ਰਿਤਸਰ ਦੇ ਸਥਾਨਕ ਲੋਗੜ ਇਲਾਕੇ ਵਿੱਚ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਅਤੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦਾ ਪੁਤਲਾ ਜਲਾ ਕੇ ਦੋਵੇਂ ਨੇਤਾਵਾਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਹਿੰਦੂ ਸੰਘਰਸ਼ ਸੈਨਾ ਦੇ ਪ੍ਰਧਾਨ ਨੇ ਦੋਵੇਂ ਨੇਤਾਵਾਂ ਦੇ ਖਿਲਾਫ ਠੋਸ ਕਾਰਵਾਈ ਕਰਨ ਦੀ ਮੰਗ ਕੀਤੀ। ਉਹਨਾਂ ਨੇ ਕਿਹਾ ਕਿ ਇਹ ਨੇਤਾ ਸਿਰਫ ਅੱਤਵਾਦ ਅਤੇ ਪਾਕਿਸਤਾਨ ਨੂੰ ਵਧਾਵਾ ਦੇਣ ਵਿੱਚ ਲੱਗੇ ਹੋਏ ਨੇ। ਕੱਲ੍ਹ ਹੀ ਜੰਮੂ ਕਸ਼ਮੀਰ ਦੀ ਵਿਧਾਨ ਸਭਾ ਵਿੱਚ ਅਜੀਜ਼ ਅਹਿਮਦ ਨੇ ਕੱਲ੍ਹ ਕਿਹਾ ਸੀ ਕਿ ਜਿਹੜੇ ਪਾਕਿਸਤਾਨ ਆ ਜਿਹੜੇ ਆਤੰਕਵਾਦੀ ਆ ਜਿਹੜੇ ਕਸ਼ਮੀਰ 'ਚ ਮਾਰੇ ਜਾਂਦੇ ਆ ਉਹ ਸਾਡੇ ਭਰਾ ਆ, ਜੇ ਆ ਇਹਦੇ ਭਰਾ ਆ ਅਤੇ ਆ ਦੇਸ਼ ਦਾ ਇੱਕ ਕਿਰਦਾਰ ਆ ਜੇ ਅਹਿਮਦ। ਅਸੀਂ ਚਾਹੁੰਦੇ ਹਾਂ ਕਿ ਇਹਦੀ MLA ਜਿਹੜੀ ਅਸੀਂ ਆ ਇਹਨੂੰ ਬਰਖਾਸਤ ਕੀਤਾ ਜਾਵੇ, ਇਹਦੇ ਉੱਤੇ ਦੇਸ਼ ਦਰੋਹ ਦਾ ਮੁਕੱਦਮਾ ਚਲਾਇਆ ਜਾਵੇ। ਅਤੇ ਪ੍ਰਧਾਨ ਮੰਤਰੀ ਜੀ ਚਾਹ ਕਿ ਉੱਥੋਂ ਦੀ ਜਿਹੜਾ ਵਿਧਾਨ ਸਭਾ ਭੰਗ ਕਰ ਦਿੱਤੀ ਜਾਵੇ ਅਤੇ ਜਿਹਦੇ ਨਾਲ ਉੱਥੇ ਆਮ ਜਨਤਾ ਜਿਹੜੀ ਦੁਬਾਰਾ ਉੱਥੇ ਇਲੈਕਸ਼ਨ ਕਰਾਈ ਜਾਵੇ। ਪੂਰੇ ਦੇਸ਼ ਵਿੱਚ ਹਰਿਆਣਾ ਦਾ ਨਾਂ ਕੰਨਿਆ ਭਰੂਣ ਹੱਤਿਆ ਲਈ ਬਦਨਾਮ ਸੀ। ਅਜਿਹੇ ਦੌਰ ਵਿੱਚ ਹਰਿਆਣਾ ਵਿੱਚ ਬੇਟੀ ਦੇ ਨਾਂ ਤੇ ਲੋਹੜੀ ਦਾ ਸਿਲਸਿਲਾ ਸ਼ੁਰੂ ਕਰਨਾ ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਯਮੁਨਾਨਗਰ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਅਧਿਆਪਕ ਪਤੀ ਪਤਨੀ ਮੇਹਰ ਬੈਨਰਜੀ ਅਤੇ ਗਗਨ ਬੈਨਰਜੀ ਨੇ 15 ਸਾਲ ਪਹਿਲਾਂ ਇੱਕ ਨਵੀਂ ਸੋਚ ਕਾਇਮ ਕਰਨ ਦੀ ਠਾਣ ਲਈ ਸੀ। ਇਹਨਾਂ ਨੇ ਨਾ ਸਿਰਫ ਬੇਟੀ ਨੂੰ ਦੁਨੀਆਂ ਵਿੱਚ ਲਿਆਉਣ ਦਾ ਸੋਚਿਆ ਸਗੋਂ ਉਸਦੀ ਲੋਹੜੀ ਮਨਾਉਣ ਦਾ ਵੀ ਫੈਸਲਾ ਕੀਤਾ। ਇਸ ਆਯੋਜਨ ਵਿੱਚ 500 ਤੋਂ ਜ਼ਿਆਦਾ ਲੋਕ ਸ਼ਾਮਿਲ ਹੋਏ। ਮੌਜੂਦਾ ਵਿਧਾਨ ਸਭਾ ਸਪੀਕਰ ਕੰਵਰਪਾਲ ਨੇ ਵੀ ਇਸ ਕਾਰਜਕ੍ਰਮ ਦੀ ਸ਼ਲਾਘਾ ਕੀਤੀ ਤੇ ਅੱਜ ਇਸ ਸਿਲਸਿਲੇ ਨੂੰ ਚੱਲਦੇ 15 ਸਾਲ ਹੋ ਗਏ, ਜਿਨ੍ਹਾਂ ਨੇ ਸਹੀ ਸ਼ਬਦਾਂ ਵਿੱਚ ਬੇਟੀ ਬਚਾਓ ਬੇਟੀ ਪੜ੍ਹਾਓ ਦੀ ਯੋਜਨਾ ਨੂੰ ਸਫਲ ਕਰ ਦਿੱਤਾ। ਜੀ, 2003 ਅਗਸਤ ਮੈਂ ਮੇਰੀ ਦੂਸਰੀ ਬੇਟੀ ਪੈਦਾ ਹੋਈ ਸੀ ਔਰ ਉਸ ਵਕਤ ਜੋ ਹਮਾਰੀ ਸਮਾਜ ਕੀ ਸੋਚ ਸੀ ਉਹ ਇਹ ਥੀ ਕਿ ਜੋ ਬੇਟੀਆਂ ਹੈ ਇਹ ਇੱਕ ਅਭਿਸ਼ਾਪ ਹੈ ਔਰ ਇਨਕੇ ਜਨਮ ਸੇ ਬਹੁਤ ਬੜੀ ਜ਼ਿੰਮੇਵਾਰੀਆਂ ਮਾਂ ਬਾਪ ਪਰ ਆਤੀ ਹੈ। ਲੇਕਿਨ ਮੈਂ ਔਰ ਮੇਰੀ ਵਾਈਫ ਜੋ ਇਤਨੇ ਦ੍ਰਿੜ ਔਰ ਮਜ਼ਬੂਤ ਰਹੇ ਕਿ ਅਲਟੀਮੇਟਲੀ ਹਮਨੇ ਇਹ ਠਾਨ ਲਈ ਥੀ ਕਿ ਹਮ ਆਪਣੀ ਬੇਟੀ ਕੋ ਇਸ ਦੁਨੀਆਂ ਮੇਂ ਲਾਏਂਗੇ ਚਾਹੇ ਕਿਤਨੀ ਵੀ ਕੋਈ ਪ੍ਰੋਬਲਮ ਹੋ। ਲੇਕਿਨ ਇੱਕ ਚੀਜ਼ ਔਰ ਥੀ, ਵੋ ਸੰਕਲਪ ਇਹ ਥਾ ਕਿ ਹਮ ਲੋਕ ਜੋ 13 ਜਨਵਰੀ 2004 ਕੀ ਪਹਿਲੀ ਲੋਹੜੀ ਹੋਗੀ ਵੋ ਲੜਕੀਓਂ ਕੋ ਡੈਡੀਕੇਟ ਕਰੇਂਗੇ, ਉਨਕੋ ਸਮਰਪਿਤ ਕਰੇਂਗੇ। ਤੋ ਯੇ ਠਾਨ ਕੇ ਜੋ 6 ਮਹੀਨੇ ਥੇ ਉਸ ਵਕਤ ਹਮਨੇ ਯੇ ਤਿਆਰੀ ਕੀ ਕਿ ਕਿਸ ਤਰੀਕੇ ਸੇ ਜੋ ਹੈ ਲੋਗੋਂ ਕੀ ਸੋਚ ਕੋ ਮੇਂ ਬਦਲਾਵ ਲਾਇਆ ਜਾਏ ਔਰ ਬੇਟੀ ਬਚਾਓ ਬੇਟੀ ਪੜ੍ਹਾਓ ਅਭਿਆਨ ਲੋਹੜੀ ਬੇਟੀ ਕੇ ਨਾਮ ਅਭਿਆਨ ਕੇ ਸਾਥ ਜੋੜ ਕੇ ਹਮ ਲੋਗੋਂ ਨੇ ਲਾਖੋ ਲੋਗੋਂ ਕੋ ਪ੍ਰੇਰਿਤ ਕੀਆ ਔਰ ਆਜ ਹਮੇ ਇਸ ਬਾਤ ਕੀ ਖੁਸ਼ੀ ਹੈ ਕਿ ਹਮਾਰੀ ਬੇਟੀ 15 ਸਾਲ ਕੀ ਹੋਣੇ ਵਾਲੀ ਹੈ। ਇਸਕਾ ਮਤਲਬ ਹੈ ਕਿ ਪਿਛਲੇ 15 ਸਾਲ ਸੇ ਲੋਹੜੀ ਬੇਟੀ ਨਾਮ ਜੋ ਮਨਾ ਰਹੇ ਹੈ ਉਸਸੇ ਹਮੇ ਇਸ ਬਾਤ ਕੀ ਖੁਸ਼ੀ ਹੈ ਕਿ ਲੋਗੋਂ ਕੀ ਸੋਚ ਮੇਂ ਕਾਫੀ ਫਰਕ ਪੜਾ ਹੈ ਔਰ ਸਰਕਾਰ ਕੀ ਤਰਫ ਸੇ ਬਹੁਤ ਅੱਛੇ ਕਦਮ ਉਠਾਏ ਜਾ ਰਹੇ ਹੈ ਔਰ 2015 ਮੇਂ ਜੋ ਨਾਰਾ ਪ੍ਰਧਾਨ ਮੰਤਰੀ ਜੀ ਮੋਦੀ ਜੀ ਨੇ ਦਿਆ ਹੈ ਬੇਟੀ ਬਚਾਓ ਬੇਟੀ ਪੜ੍ਹਾਓ ਉਸਸੇ ਹਮਾਰੇ ਸੰਕਲਪ ਕੋ ਔਰ ਜ਼ਿਆਦਾ ਦ੍ਰਿੜਤਾ ਮਿਲੀ ਹੈ ਔਰ ਇਸਕਾ ਸ਼੍ਰੇਅ ਮੈਂ ਆਪਣੀ ਵਾਈਫ ਕੋ ਦੇਤਾ ਹੂੰ ਔਰ ਮੈਂ ਸਮਝਤਾ ਹੂੰ ਕਿ ਜਿਨ ਘਰੋਂ ਮੇਂ ਮਹਿਲਾਏ ਮਜ਼ਬੂਤ ਹੋਤੀ ਹੈ ਉਨਕੇ ਦ੍ਰਿੜ ਨਿਸ਼ਚੇ ਹੋਤੇ ਹੈ ਚਾਹੇ ਸਮਾਜ ਕਾ ਕਿਤਨਾ ਵੀ ਉਨਕੇ ਉਪਰ ਜ਼ੋਰ ਹੋ ਪ੍ਰੈਸ਼ਰ ਹੋ ਚਾਹੇ ਡਾਕਟਰਸ ਕਿਤਨਾ ਵੀ ਮਿਸਗਾਈਡ ਕਰੇ ਆਪਣੇ ਸਵਾਰਥ ਕੇ ਲਿਏ ਲੇਕਿਨ ਵੋ ਕਭੀ ਵੀ ਵੋ ਵਿਸ਼ਵਾਸ ਨਹੀਂ ਟੂਟ ਸਕਤਾ ਵੋ ਬੇਟੀ ਇਸ ਦੁਨੀਆਂ ਮੇਂ ਆਤੀ ਹੈ। ਔਰ ਕੇਂਦਰ ਸਰਕਾਰ ਵੱਲੋਂ ਚਲਾਈ ਗਈ ਮਿੰਨੀ ਖਾਤਾ ਯੋਜਨਾ ਦੇ ਤਹਿਤ ਲੋਕਾਂ ਨੂੰ ਆਪਣੇ ਰੋਜ਼ਗਾਰ ਨੂੰ ਵਧਾਉਣ ਲਈ ਇੱਕ ਵੱਖ ਤਰ੍ਹਾਂ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਜਿਸ ਨੂੰ ਲੈ ਕੇ ਲੁਧਿਆਣਾ ਦੇ ਗਿੱਲ ਰੋਡ ਸਥਿਤ ਸਾਬਕਾ ਕੌਂਸਲਰ ਰਮਨਦੀਪ ਕੌਰ ਦੀ ਅਗਵਾਈ ਵਿੱਚ 10 ਮਹਿਲਾਵਾਂ ਨੂੰ ਇਕੱਠਾ ਕਰਕੇ ਇੱਕ ਅਕਾਊਂਟ ਖੋਲ੍ਹਣ ਤੇ ਉਹ ਬਾਅਦ 10 ਮਹਿਲਾਵਾਂ ਨੂੰ ਇਕੱਠਾ ਜੋੜਨ ਦੀ ਮੁਹਿੰਮ ਦੇ ਤਹਿਤ 100 ਰੁਪਏ ਪ੍ਰਤੀ ਮਹੀਨਾ ਜਮ੍ਹਾਂ ਕਰ 3 ਮਹੀਨੇ ਬਾਅਦ ਕੇਂਦਰ ਸਰਕਾਰ ਵੱਲੋਂ 10,000 ਪ੍ਰਾਪਤ ਕਰਨ ਦੀ ਮੁਹਿੰਮ ਦੇ ਬਾਰੇ ਜਾਗਰੂਕ ਕਰ ਲੋਕਾਂ ਨੂੰ ਜੋੜਿਆ ਜਾ ਰਿਹਾ ਹੈ। ਸਭਾ ਗੁਰਦੁਆਰੇ ਦੇ ਵਿੱਚ ਸੈਲਫ ਹੈਲਪ ਗਰੁੱਪ ਦੀ ਮੀਟਿੰਗ ਰੱਖੀ ਗਈ ਹੈ, ਜਿਸ ਵਿੱਚ ਬੀਬੀਆਂ ਨੂੰ ਰੁਜ਼ਗਾਰ ਦਿੱਤੇ ਗਏ, ਦੱਸਿਆ ਗਿਆ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਕਿਵੇਂ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਦੇ ਆ, ਕਿਵੇਂ ਤੁਸੀਂ ਆਪਣੇ ਘਰ ਦੇ ਖਰਚਿਆਂ ਨੂੰ ਪੂਰੇ ਕਰਨ ਦੇ ਲਈ ਤੁਸੀਂ ਆਪਣੀ ਆਮਦਨ ਦਾ ਸਾਧਨ ਕਰ ਸਕਦੇ ਹੋ। ਸ਼੍ਰੀ ਗੁਰੂ ਸਿੰਘ ਸਭਾ ਮੁਰਾਦਪੁਰਾ ਵਿਖੇ ਜੋ ਕੇਂਦਰ ਦਾ ਸੁੱਢਾ ਡਿਪਾਰਟਮੈਂਟ ਹੈ ਉਸਦੇ ਅਫਸਰ ਸਰਦਾਰ ਹਰਨੀਤ ਸਿੰਘ ਜੀ ਜਿਨ੍ਹਾਂ ਨੇ ਸੈਂਕੜੇ ਮਹਿਲਾਵਾਂ ਨੂੰ ਅੱਜ ਇੱਥੇ ਅਸੀਂ ਇਕੱਤਰ ਕੀਤਾ ਕੌਂਸਲਰ ਰਮਨਦੀਪ ਕੌਰ ਜੀ ਦੀ ਅਗਵਾਈ ਦੇ ਵਿੱਚ, ਉਸਦੇ ਵਿੱਚ ਔਰਤਾਂ ਨੂੰ ਦੱਸਿਆ ਗਿਆ ਕਿ ਕਿੱਦਾਂ 10 ਬੀਬੀਆਂ ਰਲ ਕੇ 10 ਮਹਿਲਾਵਾਂ ਰਲ ਕੇ ਇੱਕ ਗਰੁੱਪ ਬਣਾਉਣ, ਉਹਨਾਂ ਗਰੁੱਪਾਂ ਦੇ ਵਿੱਚੋਂ ਉਹ 3 ਬੀਬੀਆਂ ਦਾ ਅਕਾਊਂਟ ਬੈਂਕ ਵਿੱਚ ਖੁੱਲ੍ਹੇਗਾ ਅਤੇ 100-100 ਰੁਪਈਆ ਪਾ ਕੇ 3 ਮਹੀਨੇ ਜਮ੍ਹਾਂ ਕਰਾਵਾਂਗੇ ਤਾਂ ਚੌਥੇ ਮਹੀਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ 10,000 ਰੁਪਏ ਅਕਾਊਂਟ 'ਚ ਆਏਗਾ, ਉਹਨਾਂ ਦੀ
अपनी एक छोटी बैंक बन जाती है। उन्होंने कोई भी अपना रुजगार करना वो अलग तो चाहे वह पार्लर है चाहे बुटीक है चाहे घर के चार बीबिया ने बना चाहे झाड़ू बनाने कोई भी अपना रुजगार करनी चाहे चाहिए चाहे इंडस्ट्री। चंडीगढ़ में अकाली दल और बीजेपी की प्रतिनिधिमंडल राज्यपाल वीपी सिंह बदनौर को मिलिया उन्होंने बेअदबी के मामलों की जांच मुख्यमंत्री कैप्टन अमरिंदर सिंह वालों बनाए गए जस्टिस रणजीत सिंह कमिशन की थां से इसकी जांच किसी सिटिंग जज तो करवाने की मांग की। इस उन्होंने किसानों वादा खिलाफी से सरकार बर्खास्त करने की भी गल कही है। श्रोमणी अकाली दल ते बीजेपी की पंजाब की लीडरशिप ऑनरेबल गवर्नर साहब न तीन अहम मुद्दों से मिलने वास्ते गई सी प्रेजेंटेशन दिती है। सब तो वड्डा ते पहल वाला मुद्दा है कि कैप्टन अमरिंदर सिंह ने पंजाब के किसानी ते खेत मजदूर के पिट ते छुरा मारिया। कैप्टन अमरिंदर सिंह ने आ जिहड़ी सरकार बनाई है एक मेन वादे करके बनी है कि मैं खेत मजदूर ते किसानां दा मैं सारा कर्जा माफ़ करूँगा। कैप्टन साहब ने टीवी घर जाके फॉर्म भरा के एफिडेविट दिता है कि मैं हर गरीब दा ते किसान दा मैं दलित परिवारां दा मैं बैंक दा प्राइवेट बैंक सरकारी बैंक आड़तियां दा ते कोऑपरेटिव बैंक दा कर्जा सारा माफ़ करूँगा। तकरीबन 90,000 करोड़ रुपया बनता है पर जदों सरकार बनाई मुकर गए बहाना लाने लग गए। इहदा एक बहुत वड्डा नुकसान किसानां दा होया जिहड़े किसान ते गरीब मजदूर दलित परिवार जिन्हां ने उम्मीद लई सी कर्जा लिता सी उन्हां बेचारियां ने जो बैंक चों नहीं मोड़िया क्योंकि उन्होंने पता सी कि साडा माफ़ हो जाना है हुण उन्हां दे सारयां दे अकाउंट NPA हो गया। बैंकों ने उन्होंने अगे तो कर्जा देना बंद कर दिता है हूँ सारी आड़तियां दे ते मनी लैंडर दे उन्होंने थले आ गए है जिथे उन्होंने बैंकों 8% रेट ऑफ इंट्रस्ट मिलता या 7% से हूँ 24% मनी लैंडर को जाना पै रहा। दूजी गल हूँ उन्होंने की किया कि हूँ कह लगे है कि असी कल्ले कोऑपरेटिव बैंक की वर्किंग लिमिट असी मारांगे। पूरे पंजाब तकरीबन 30 लाख फार्मर है 30 लाख हूँ आ जरा माफ़ कर रहे हैं जरा पहला फंक्शन किया 46,000 फार्मर का दूजा फंक्शन 1,15,000 का कर रहा है टोटल 1.5 लाख फार्मर 30 लाख फार्मर दे रहे हैं लैस दैन 5% 5% फार्मर तो घट फार्मर का कर्जा माफ़ कर रहे हैं। एक होर वड्डा झूठ कहिंदे सी असी 2 लाख तक करांगे तुसी जिहड़े 46,000 पहले माफ़ किए उन्होंने एवरेज लो 35,000 रुपया उन्हें माफ़ किया 35,000। श्रोमणी अकाली दल और भारतीय जनता पार्टी का एक डेलीगेशन जिहड़ा वह मुख्यमंत्री माननीय गवर्नर साहब नूं मिलके आया और जिहड़े विषय तुहानूं दस्से कि 3 विषय मुद्दे मेन रखे एक जिहड़ा किसानां नाल होया धोखा क्योंकि पहला क्या सी कि असीं सारा कर्जा माफ़ करांगे फिर उस तो बाद आया कि असी नैशनलाइज बैंकों का माफ़ करांगे फिर कोऑपरेटिव बैंकों का फिर सोसाइटी का और भाव ये जिथे धोखे तो धोखा होंदा रहा और नाल जिहड़े किसान जिहड़े खेत मजदूर है जिहड़ा दलित समाज का जिहड़ा उन्हां दे उत्ते निर्भर करदा जब किसान ही नहीं बचेगा तो वह दलित समाज जिहड़ा आ वह खेत मजदूर किस तरह बचेगा इस दी भी चिंता जिहड़ी असीं उन्हां कह के आए हैं कि अगर किसान नूं बचाउण लई और खेत मजदूर नूं बचाउण लई जिहड़ा सानूं अगे आउणा चाहीदा नहीं तां जिस तरह की पंजाब सरकार की नीयत है और नीति है उस दे विच सानूं कोई ज़्यादा भरोसा नहीं है। वाइल्डलाइफ विभाग रूपनगर ने खुफिया इतलाह के बाद छापा मार के वड्डी तादाद विच जंगली जानवरों के अंग बरामद कर दोषियों ते जंगली जीव सुरक्षा एक्ट तहत मामला दर्ज किया है जबकि दोषी मौके ते फरार दसे जा रहे हैं। जंगल रेंज अफसर सुरजीत सिंह ने दसिया कि इस रेड विच वाइल्डलाइफ क्राइम ब्यूरो नवी दिल्ली के मुलाजम भी उन्होंने नाल सी। सानू वाइल्डलाइफ कंट्रोल ब्यूरो नवी दिल्ली वालों खबर मिली सी भी कुछ बंदे कीर्तवा साहब ते नूर बेदी दे विच हड्डियां ते होर जिहड़े सप्प सराला वगैरह अजगर इनका तस्करी करते हैं तो उन्होंने हिसाब से जो इतने आए 5 तरीक न कंट्रोल ब्यूरो वाले असी उन्होंने गए 6 तरीक न असी नूरवेदी विखे रेड की उतु काफ़ी मात्रा च कंकाल हड्डिया नौंदर ते 3 सप्प जिन्हों 2 सी कोबराज 1 सैंड बोआ
ਦਮੂਹਾ ਸਾਹਿਬ ਬੋਲਦੇ ਆਪਾਂ, ਅਤੇ ਦੋ ਸਿਰਾਲਾਂ ਸੀਗੀਆਂ ਜੀ ਉੱਥੋਂ ਮਿਲੇ ਜੀ, ਅਤੇ ਕੜੱਕੇ ਮਿਲੇ ਆ, ਪੂੰਛਾਂ ਮਿਲੀਆਂ ਉੱਥੋਂ, ਦੰਦ ਮਿਲੇ ਆ ਉੱਥੋਂ, ਖੋਪੜੀਆਂ ਮਿਲੀਆਂ ਉੱਥੋਂ, ਅਤੇ ਸੱਪ ਦੇ ਕੰਕਾਲ ਕਾਫੀ ਪੂਰੇ ਪੂਰੇ ਮਾਲਾ ਬਣਾਈਆਂ ਮਿਲੀਆਂ ਉੱਥੋਂ ਸਾਨੂੰ ਜੀ। ਇੱਥੇ ਵੇਲਾ ਹੋ ਚੁੱਕਿਆ, ਇੱਕ ਹੋਰ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। For all updated news, please subscribe Ava News and ring the bell.